ਇਹ ਤੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਭਈ ਆਕਸੀਜਨ ਜਿਹੜੀ ਹੈ ਉਹ ਸਾਡੇ ਜ਼ਿੰਦਾ ਰਹਿਣ ਵਾਸਤੇ ਕਿੰਨੀ ਜ਼ਰੂਰੀ ਹੈ। ਪਰ ਜਸਟ ਇਮੇਜਿਨ, ਜਸਟ ਇਮੇਜਿਨ ਜੇ ਇਹ ਜ਼ਮੀਨ ਦੇ ਉੱਤੋਂ ਆਕਸੀਜਨ ਜਿਹੜੀ ਹੈ ਉਹ 5 ਸਕਿੰਟਾਂ ਵਾਸਤੇ ਮੁਕਾ ਦਿੱਤੀ ਜਾਵੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਮੁੱਕ ਜਾਵੇ ਤੇ ਤੁਸੀਂ ਸੋਚ ਸਕਦੇ ਹੋ ਭਈ ਇਹਦਾ ਕੀ ਇਫੈਕਟ ਹੋ ਸਕਦਾ ਹੈ। ਚਲੋ ਜੇ ਅਸੀਂ ਆਪਣੀ ਗੱਲ ਕਰੀਏ ਤੇ ਅਸੀਂ ਇੱਕ ਅੱਧੇ ਮਿੰਟ ਵਾਸਤੇ ਸਾਹ ਰੋਕ ਲਵਾਂਗੇ, ਪਰ ਅਸੀਂ ਸਿਰਫ ਇੱਥੇ ਆਪਣੀ ਗੱਲ ਨਹੀਂ ਕਰ ਰਹੇ ਬਲਕਿ ਅਸੀਂ ਇਸ ਜ਼ਮੀਨ ਦੇ ਉੱਤੇ ਜਿਹੜੀ ਆਕਸੀਜਨ ਮੌਜੂਦ ਹੈ ਉਸ ਆਕਸੀਜਨ ਦੀ ਗੱਲ ਕਰ ਰਹੇ ਹਾਂ ਜਿਹੜੀ ਕਿ ਬਹੁਤ ਸਾਰੀਆਂ ਸ਼ੈਵਾਂ ਲਈ ਬਹੁਤ ਜ਼ਰੂਰੀ ਹੈ। ਅੱਛਾ ਤੇ ਅਸੀਂ ਹੁਣ ਗੱਲ ਕਰਦੇ ਹਾਂ ਭਈ ਪੂਰੀ ਜ਼ਮੀਨ ਦੇ ਉੱਤੋਂ ਜੇ ਸਿਰਫ 5 ਸਕਿੰਟਾਂ ਲਈ ਆਕਸੀਜਨ ਗਾਇਬ ਹੋ ਜਾਵੇ ਤੇ ਜਿਹੜੇ ਲੋਕੀ ਸੂਰਜ ਦੀ ਰੋਸ਼ਨੀ ਦੇ ਵਿੱਚ ਘੁੰਮ ਫਿਰ ਰਹੇ ਨੇ, ਕਿਸੇ ਬੀਚ ਦੇ ਉੱਤੇ ਨੇ, ਕਿਸੇ ਸੜਕਾਂ ਦੇ ਕਿਨਾਰੇ ਨੇ, ਉਹਨਾਂ ਦੀ ਜਿਲਦ ਜਿਹੜੀ ਹੈ, ਉਹਨਾਂ ਦੀ ਸਕਿਨ ਜਿਹੜੀ ਹੈ ਉਹ ਫੌਰਨ ਸੜ ਜਾਵੇਗੀ। ਹੁਣ ਇਹਦੀ ਕੀ ਵਜ੍ਹਾ ਹੈ? ਭਈ ਹਵਾ ਦੇ ਵਿੱਚ ਜਿਹੜੇ ਮਾਲੀਕਿਊਲ ਆਕਸੀਜਨ ਦੇ ਨੇ ਉਹ ਸਾਨੂੰ ਅਲਟਰਾਵਾਇਲਟ ਜਿਹੜੀਆਂ ਸ਼ੁਆਵਾਂ ਨੇ ਸੂਰਜ ਦੀਆਂ ਉਹਦੇ ਤੋਂ ਬਚਾਉਂਦੇ ਨੇ। ਇਸ ਤੋਂ ਬਾਅਦ ਦਿਨ ਦੇ ਵੇਲੇ ਅਸਮਾਨ ਜਿਹੜਾ ਹੈ ਉਹ ਕਾਲਾ ਸਿਆਹ ਹੋ ਜਾਵੇਗਾ, ਯਾਨੀ ਜਿਹੜਾ ਤੁਸੀਂ ਨੀਲੇ ਰੰਗ ਦਾ ਵੇਖਦੇ ਹੋ ਉਹ ਨੀਲਾ ਨਹੀਂ ਰਹੇਗਾ ਬਲਕਿ ਹਨੇਰਾ ਹੋ ਜਾਵੇਗਾ, ਕੁਝ ਵੀ ਨਜ਼ਰ ਨਹੀਂ ਆਵੇਗਾ। ਤੇ ਇਹ ਜਿਹੜੀ ਹੈ ਇਹ ਕੋਈ ਨਿੱਕੀ ਜਿਹੀ ਗੱਲ ਨਹੀਂ, ਹਾਲੇ ਬਹੁਤ ਸਾਰੀਆਂ ਅਜਿਹੀਆਂ ਸ਼ੈਵਾਂ ਨੇ ਜਿਨ੍ਹਾਂ ਦਾ ਅਸੀਂ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਤੇ ਨਾਲੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਿਰਫ 5 ਸਕਿੰਟਾਂ ਵਾਸਤੇ ਆਕਸੀਜਨ ਮੁੱਕ ਜਾਵੇ ਜਾਂ ਇਹਦੀ ਜਿਹੜੀ ਕੁਆਂਟਿਟੀ ਹੈ ਉਹ ਡਬਲ ਹੋ ਜਾਵੇ ਤੇ ਕੀ ਹੋਵੇਗਾ। ਹੁਣ ਜਿਹੜੀ ਮੈਟਲ ਦੇ ਨਾਲ ਬਣੀਆਂ ਹੋਈਆਂ ਜਿੰਨੀਆਂ ਵੀ ਸ਼ੈਵਾਂ ਨੇ ਜਿਹੜੀਆਂ ਵੱਖੋ ਵੱਖ ਸਾਡੇ ਸਾਹਮਣੇ ਮੌਜੂਦ ਹਨ ਉਹ ਫੌਰਨ ਤੋਂ ਪਹਿਲਾਂ ਹੀ ਆਕਸੀਜਨ ਮੁੱਕਣ ਦੇ ਨਾਲ ਉਹ ਆਪਸ ਦੇ ਵਿੱਚ ਵੈਲਡ ਹੋ ਜਾਵਣਗੀਆਂ, ਜੁੜ ਜਾਵਣਗੀਆਂ, ਕਿਉਂਕਿ ਹਵਾ ਦੇ ਵਿੱਚ ਜਿਹੜੀ ਆਕਸੀਡੇਸ਼ਨ ਦੀ ਜਿਹੜੀ ਲੇਅਰ ਹੈ ਉਹ ਇਹਨਾਂ ਨੂੰ ਆਪਸ ਦੇ ਵਿੱਚ ਜੁੜਨ ਦੇ ਵਿੱਚ ਰੋਕਦੀ ਹੈ। ਤੇ ਤੁਹਾਨੂੰ ਇੱਕ ਹੋਰ ਗੱਲ ਸਾਇੰਟਿਫਿਕ ਪੁਆਇੰਟ ਆਫ ਵਿਊ ਨਾਲ ਦੱਸਦੇ ਚੱਲੀਏ ਕਿ ਜ਼ਮੀਨ ਦਾ ਜਿਹੜਾ 45% ਹਿੱਸਾ ਹੈ ਉਹ ਆਕਸੀਜਨ ਦੇ ਨਾਲ ਬਣਿਆ ਹੋਇਆ ਹੈ। ਜਿਵੇਂ ਹੀ ਆਕਸੀਜਨ ਗਾਇਬ ਹੋਵੇਗੀ ਸਾਰੀ ਜ਼ਮੀਨ ਜਿਹੜੀ ਹੈ ਉਹਦਾ ਨਿਜ਼ਾਮ ਉਲਟ ਪਲਟ ਹੋ ਜਾਵੇਗਾ ਤੇ ਇਹਦੇ ਉੱਤੇ ਟੁਰਨਾ ਦੂਰ ਦੀ ਗੱਲ, ਇਹਦੇ ਉੱਤੇ ਪੈਰ ਰੱਖਣਾ ਵੀ ਮੁਸ਼ਕਲ ਹੋ ਜਾਵੇਗਾ। ਆਕਸੀਜਨ ਨਾ ਹੋਣ ਦੇ ਨਾਲ ਇੱਕ ਹੋਰ ਸਾਡੇ ਜਿਸਮ ਦੇ ਉੱਤੇ ਕੀ ਇਫੈਕਟ ਹੋਵੇਗਾ ਕਿ ਸਾਡੇ ਜਿਹੜੇ ਕੰਨਾਂ ਦੇ ਪਰਦੇ ਨੇ ਉਹ ਫੌਰਨ ਪਾਟ ਜਾਣਗੇ। ਆਪਣੇ ਆਲ ਦੁਆਲੇ ਜਿੰਨੀਆਂ ਤੁਸੀਂ ਬਿਲਡਿੰਗਸ ਵੇਖ ਰਹੇ ਹੋ, ਯਾਨੀ ਕੰਕਰੀਟ ਦੀਆਂ ਬਣੀਆਂ ਹੋਈਆਂ ਜਿੰਨੀਆਂ ਬਿਲਡਿੰਗਸ ਨੇ ਉਹ 1 ਸਕਿੰਟ ਦੇ ਵਿੱਚ ਜ਼ਮੀਨ ਤੇ ਆ ਡਿੱਗਣਗੀਆਂ। ਤੇ ਦੁਨੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਵੱਡੇ ਵੱਡੇ ਸਮੁੰਦਰ ਨੇ ਤੇ ਜਦੋਂ ਇਸ ਪਾਣੀ ਵਿੱਚੋਂ ਆਕਸੀਜਨ ਮੁੱਕ ਜਾਵੇਗੀ ਤੇ ਸਾਰੇ ਦਾ ਸਾਰਾ ਪਾਣੀ ਜਿਹੜਾ ਹੈ ਉਹ ਹਾਈਡਰੋਜਨ ਗੈਸ ਬਣ ਜਾਵੇਗਾ। ਤੇ ਹਾਈਡਰੋਜਨ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਹਵਾ ਨਾਲੋਂ ਹਲਕੀ ਗੈਸ ਹੈ, ਇਹ ਉੱਡ ਕੇ ਉਤਾਂ ਚਲੀ ਜਾਵੇਗੀ, ਯਾਨੀ ਸਮੁੰਦਰ ਤੇ ਪਾਣੀ ਵਰਗੀ ਸ਼ੈ ਦਾ ਇਸ ਜ਼ਮੀਨ ਦੇ ਉੱਤੇ ਕੋਈ ਨਿਸ਼ਾਨ ਬਾਕੀ ਨਹੀਂ ਬਚੇਗਾ। ਹੁਣ ਚਲੋ ਇਹਦਾ ਦੂਸਰਾ ਪਾਸਾ ਵੇਖਦੇ ਹਾਂ। ਇਸ ਕਾਇਨਾਤ ਦੇ ਵਿੱਚ ਤੇ ਇਸ ਜ਼ਮੀਨ ਦੇ ਵਿੱਚ ਹਰ ਇੱਕ ਸ਼ੈ ਬੜੀ ਪਰਫੈਕਟ ਮਿਕਦਾਰ ਦੇ ਨਾਲ ਬਣਾਈ ਗਈ ਹੈ, ਯਾਨੀ ਉਹਦੀ ਸਿਮੈਟਰੀ ਬੜੀ ਹੀ ਕਮਾਲ ਹੈ। ਤੇ ਹੁਣ ਜੇ ਆਕਸੀਜਨ ਡਬਲ ਕਰ ਦਿੱਤੀ ਜਾਵੇ ਤੇ ਫਿਰ ਕੀ ਹੋਵੇਗਾ? ਯਾਨੀ ਜਿੰਨੀ ਸਾਨੂੰ ਇਸ ਵੇਲੇ ਮੁਯੱਸਰ ਹੈ, ਜਿੰਨੀ ਸਾਨੂੰ ਅਵੇਲੇਬਲ ਹੈ, ਇਹਦੇ ਤੋਂ ਜੇ ਦੁੱਗਣੀ ਹੋ ਜਾਵੇ ਉਹ ਵੀ ਸਿਰਫ 5 ਸਕਿੰਟਾਂ ਵਾਸਤੇ, ਤੇ ਫਿਰ ਜਿਹੜੇ ਸਿਗਰਟ ਪੀਂਦੇ ਨੇ ਉਹਨਾਂ ਦੀ ਸਿਗਰਟ ਬਹੁਤ ਹੀ ਦੇਰ ਤੱਕ ਚੱਲੇਗੀ। ਇਹ ਗੱਲ ਅਸੀਂ ਇੱਕ ਲੈਟਰ ਨੋਟ ਦੇ ਤੌਰ ਤੇ ਪੇਸ਼ ਕਰ ਰਹੇ ਹਾਂ। ਦੂਜੇ ਨੰਬਰ ਦੇ ਉੱਤੇ ਸਾਡੀ ਗੱਡੀਆਂ ਦੇ ਵਿੱਚ ਜਿਹੜਾ ਫਿਊਲ ਹੈ ਉਹ ਬਹੁਤ ਹੀ ਦੇਰ ਤੱਕ ਚੱਲ ਸਕੇਗਾ, ਯਾਨੀ ਪੈਟਰੋਲ ਦਾ ਰੇਟ ਵਧਣ ਦਾ ਕੋਈ ਰੌਲਾ ਨਹੀਂ। ਦੂਜਾ, ਨਿਆਣੇ ਜਿਹੜੇ ਨੇ ਉਹ ਖੁਸ਼ ਹੋ ਜਾਵਣਗੇ, ਕਿਉਂ ਜੇ ਉਹ ਹਵਾ ਦੇ ਵਿੱਚ ਜਿਹੜੇ ਜਹਾਜ਼ ਉਡਾਉਂਦੇ ਨੇ ਉਹ ਬਹੁਤ ਹੀ ਦੇਰ ਤੱਕ ਉੱਡਦੇ ਰਹਿਣਗੇ। ਸਾਡੇ ਜਿਸਮ ਦੇ ਜਿਹੜੇ ਮਸਲਸ ਨੇ ਉਹ ਮਜ਼ਬੂਤ ਹੋ ਜਾਣਗੇ। ਇਹਦਾ ਮਤਲਬ ਇਹ ਹੋਇਆ ਭਈ ਜਿਹੜੇ ਜਿਮਨਾਸਟਿਕ ਦੇ ਪਲੇਅਰ ਨੇ ਹਰ ਬੰਦਾ ਉਹਨਾਂ ਤੋਂ ਬਹੁਤਾ ਜਿਹੜਾ ਹੈ ਉਹ ਜਿਮਨਾਸਟਿਕ ਦੇ ਕਰਤੱਬ ਵਿਖਾ ਸਕੇਗਾ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਸਾਡੀ ਜ਼ਮੀਨ ਦੇ ਉੱਤੇ ਜਿਹੜੇ ਕੀੜੇ ਮਕੌੜੇ ਨੇ, ਤੁਸੀਂ ਸੋਚ ਸਕਦੇ ਹੋ ਕਿ ਇਹਨਾਂ ਦਾ ਜਿਸਮ ਜਿਹੜਾ ਹੈ ਉਹ ਕਈ ਗੁਣਾ ਵੱਡਾ ਹੋ ਜਾਵੇਗਾ। ਯਾਨੀ ਟਿੱਡੀਆਂ, ਮੱਛਰ, ਕਾਕਰੋਚ, ਟਿੱਡੇ, ਕੀੜੇ ਤੇ ਕਿਰਲੀਆਂ, ਇਹਨਾਂ ਸਾਰਿਆਂ ਦਾ ਜਿਸਮ ਏਡਾ ਵੱਡਾ ਹੋ ਜਾਵੇਗਾ ਕਿ ਇਹਨਾਂ ਨੂੰ ਵੇਖ ਕੇ ਹੀ ਖੌਫ ਆਵੇਗਾ। ਕਿਉਂਕਿ ਇਹ ਜਿਹੜੇ ਕੀੜੇ ਮਕੌੜੇ ਨੇ ਇਹਨਾਂ ਦੇ ਜਿਸਮ ਦਾ ਸਾਇਜ਼ ਜਿਹੜਾ ਹੈ ਉਹ ਹਵਾ ਦੇ ਵਿੱਚ ਜਿਹੜੀ ਆਕਸੀਜਨ ਹੈ ਉਹਦੇ ਮੁਤਾਬਕ ਹੁੰਦਾ ਹੈ। ਤੇ ਹੁਣ ਤੁਸੀਂ ਸੋਚ ਸਕਦੇ ਹੋ ਯਕੀਨਨ ਕਿ ਹਰ ਸ਼ੈ ਜਿਹੜੀ ਹੈ ਉਹ ਰੱਬ ਨੇ ਬੜੀ ਪਰਫੈਕਟ ਬਣਾਈ ਹੈ, ਨਾ ਘੱਟ ਨਾ ਵੱਧ। ਐਸੀ ਇੱਕ ਨਿੱਕੀ ਜਿਹੀ ਇਨਫੋਰਮੇਟਿਵ ਵੀਡੀਓ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।